ਤੁਸੀਂ ਸਰ ਇੱਕ ਕੁਛ ਆਪਣੇ ਅੰਦਾਜ਼ ਦੇ ਵਿੱਚ ਤੁਸੀਂ ਡਾਇਲੋਗ ਬੋਲ ਕੇ ਸੁਣਾਓ ਸਾਡੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਨੇ ਇਸ ਵੇਲੇ ਪਲੀਜ਼ ਸਰ ਮੌਸਾ ਪ੍ਰਤਾਪੀ ਤਜਸਵੀ ਬਹਾਦਰ ਦਲੇਰ ਔਰ ਸ਼ੇਰ ਜਿਸਕੀ ਬਹਾਦਰੀ ਕਾ ਤਮਾਮ ਆਲਮ ਸਿੱਕਾ ਮਾਨਤਾ ਹੈ ਔਰ ਜਿਸਕੇ ਨਾਮ ਕੋ ਹਰ ਇੱਕ ਛੋਟਾ ਔਰ ਬੜਾ ਅੱਛੀ ਤਰ੍ਹਾਂ ਜਾਣਤਾ ਹੈ ਜਿਸ ਤਰਫ ਬੜ ਗਿਆ ਮੈਂ ਉਧਾਰ ਮਿਟਾ ਕਰ ਛੋੜਾ ਚੁਲਸ ਦਿਆ ਫੂਕ ਦਿਆ ਖਾਕ ਮੈਂ ਮਿਲਾ ਕਰ ਛੋੜਾ ਬਸ ਨਹੀਂ ਚਲਤਾ ਮੇਰੇ ਆਗੇ ਕਿਸੀ ਵੀ ਇਨਸਾਨ ਕਾ ਮੇਰੇ ਦੁਆਰ ਪਰ ਛਪੈ ਰਹਾ ਹੈ ਜੈ ਸ਼੍ਰੀ ਭਗਵਾਨ ਕਾ ਹੁਕਮ ਚਲਤਾ ਹੈ ਮੇਰਾ ਅਵਿਨਾਸ਼ ਕੇ ਉੱਪਰ ਬੁਝਾ ਲਹਿਰਾਤੀ ਹੈ ਮੇਰੀ ਪਰਬਤ ਕੈਲਾਸ਼ ਕੇ ਉੱਪਰ ਕਰ ਲੇਂਗੇ ਅਗਰ ਯੇ ਸ਼ੋਕਰੇ ਹਰ ਇੱਕ ਕਾਮ ਕੋ ਤੋ ਦੁਨੀਆ ਮੈਂ ਜਾਣੇਗਾ ਕੌਣ ਰਾਵਣ ਕੇ ਨਾਮ ਕੋ ਮੇਰੇ ਸਿਵਾ ਯੇ ਕਾਮ ਕਰ ਸਕਤਾ ਨਹੀਂ ਕੋਈ ਦਿਲ ਸੇ ਨਿਕਾਲ ਦੀਜੀਏ ਖਾਮੇ ਖਿਆਲ ਕੋ ਜੈ ਸ਼ੰਕਰ ਜੈ ਸ਼ੰਕਰ ਜੈ ਸ਼ੰਕਰ ਲੈ ਕੇ ਬਹੁਤ ਹੀ ਵਧੀਆ ਜਿਹੜਾ ਕਿ ਮਨ ਦੇ ਵਿੱਚ ਇੱਕ ਸ਼ਕਤੀ ਜੀ ਪੈਦਾ ਹੋ ਗਈ ਹੈ ਜੀ ਅਤੇ ਇਸ ਦੇ ਨਾਲ ਹੀ ਸਰ ਜਿਸ ਤਰ੍ਹਾਂ ਤੁਸੀਂ ਹੁਣ ਮੇਰੇ ਨਾਲ ਗੱਲ ਕਰ ਰਹੇ ਹੋ ਬਿਲਕੁਲ ਸਲੋ ਮੋਸ਼ਨ ਅਤੇ ਜਦੋਂ ਤੁਸੀਂ ਡਾਇਲੋਗ ਬੋਲਿਆ ਤਾਂ ਐਂ ਲੱਗਦਾ ਜਿਵੇਂ ਪੂਰਾ ਨਾ ਮਤਲਬ ਲੋਕ ਜਿਹੜੇ ਹੈਗੇ ਆਪਣੇ ਆਪ ਹੀ ਪਿੱਛੇ ਹੋ ਜਾਂਦੇ ਪਤਾ ਲੱਗਦਾ ਕਿ ਰਾਵਣ ਆ ਗਿਆ ਵੀ ਵਾਕਈ ਉਹਦੀ ਕਿਰਪਾ ਜੀ ਭੋਲੇ ਸ਼ੰਕਰ ਦੀ ਕਿਰਪਾ ਹੈ ਅਪਾਰ ਕਿਰਪਾ ਅਤੇ ਰਾਮ ਅਤੇ ਰਾਵਣ ਦੋਨੋਂ ਜਿਹੜੇ ਆ ਭੋਲੇ ਸ਼ੰਕਰ ਦੇ ਚੇਲੇ ਸੀ ਜੀ ਉਹਨੂੰ ਯਾਦ ਕਰਦੇ ਸੀ ਇੱਕ ਲਾਈਨ ਇੱਦਾਂ ਦੀ ਜਾਂਦੀ ਹੈ ਉਹਦੇ ਵਿੱਚ ਉਹ ਵੀ ਕਹਿੰਦਾ ਰਾਵਣ ਦਾ ਜਦੋਂ ਲਾਸਟ ਟਾਈਮ ਹੁੰਦਾ ਅਤੇ ਉਹ ਅਖੀਰਲੀ ਵਾਰੀ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਜਾਂਦਾ ਅੱਛਾ ਜੀ ਉੱਥੇ ਗਿਲਾ ਵੀ ਕਰਦਾ ਜੀ ਕੋਈ ਮੈਂ ਫਿਰ ਐਡਾ ਵੱਡਾ ਭਗਤ ਹਾਂ ਜੀ ਜੀ ਤੂੰ ਮੇਰੀ ਇੰਨੀ ਗੱਲ ਸੁਣਦਾ ਪਿਆ ਕਿ ਤੂੰ ਰਾਮ ਦੀ ਗੱਲ ਸੁਣਨਾ ਪਿਆ ਜੀ ਉੱਥੇ ਦੋ ਕੁ ਲੈਣਾ ਬੋਲਾਂ ਮੈਨੂੰ ਪਲੀਜ਼ ਉੱਥੇ ਕਹਿੰਦਾ ਹੈ ਮਹਾਕਾਲ ਮੈਂ ਜਾਣਦਾ ਹਾਂ ਕਿ ਇਨ ਨਛੱਤਰੋਂ ਦੁਆਰਾ ਤੂੰ ਮੁਝੇ ਡਰਾ ਰਹੇ ਹੋ ਜਿਸਕੀ ਅਪੇਕਸ਼ਾ ਕਰ ਕਰ ਤੂੰ ਰਾਮ ਕਾ ਸਾਥ ਦੇਣਾ ਚਾਹਤੇ ਹੋ ਕਿਉਂਕਿ ਰਾਮ ਤੁਹਾਰੇ ਸਾਹਮਣੇ ਹਰ ਵਕਤ ਹਾਥ ਬਾਂਧੇ ਗਿੜਗਿੜਾਤਾ ਰਹਤਾ ਹੈ ਇਸੀ ਲਈ ਤੂੰ ਮੇਰੀ ਅਪੇਕਸ਼ਾ ਲੈ ਕਰ ਰਾਮ ਕਾ ਸਾਥ ਦੇਣਾ ਚਾਹਤੇ ਹੋ ਉਹਨੂੰ ਵੀ ਪਤਾ ਹੁੰਦਾ ਤਾਂ ਰਾਮ ਨੂੰ ਵੀ ਪਤਾ ਜੀ ਇਹਨੇ ਕਿ ਨਹੀਂ ਪਤਾ ਲੇਕਿਨ ਇਹ ਦੁਨੀਆ ਨੂੰ ਸਮਝਾਉਣ ਵਾਸਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਐਡਾ ਵੱਡੇ ਮਹਾਂ ਰਿਸ਼ੀ ਹੋਏ ਐਡਾ ਮਹਾਨ ਰਾਵਣ ਹੋਇਆ ਜੀ ਜੀ ਉਹ ਧਰਤੀ 'ਤੇ ਨਹੀਂ ਰਹਿਣ ਅਤੇ ਰਹਿਣਾ ਕਿਸੇ ਨੂੰ ਨਹੀਂ ਮਾੜੇ ਕੰਮ ਕਰਨਾ ਜ਼ੁਲਮ ਕਰਨਾ ਨਾ ਕਰ ਲੇਕਿਨ ਉਹ ਆਪਣੇ ਰਾਹ ਲੱਭਦਾ ਹੁੰਦਾ ਉਹ ਕੋਈ ਵੀ ਆਪਣੀ ਮੁਕਤੀ ਦੇ ਦੇਖੋ ਤੁਸੀਂ ਅੱਛੀ ਦੇਖੀ ਔਰ ਦੇਖੀ ਹੋਗੀ ਰਾਵਣ ਦਾ ਕਿਰਦਾਰ ਦੀ ਗੱਲ ਤਾਂ ਕਰ ਲਈਏ ਜੀ ਜੀ ਰਾਵਣ ਦੇ ਆਪਣੇ ਮਰਨ ਤੋਂ ਪਹਿਲਾਂ ਘਰ 'ਚ ਕਿਸੇ ਨੂੰ ਨਹੀਂ ਛੱਡਿਆ ਜਿਹਨੂੰ ਉਹਨੇ ਨਹੀਂ ਮਰਵਾਇਆ ਹੋਇਆ ਉਹ ਮਰਵਾਇਆ ਨਹੀਂ ਸੀ ਉਹਨੇ ਉਹਨੂੰ ਇਹ ਸੀ ਕਿ ਮੇਰੀ ਮੁਕਤੀ ਹੋ ਜਾਣੀ ਹੈ ਸ਼੍ਰੀ ਰਾਮ ਤੱਕ ਆਪ ਨਾਰਾਇਣ ਆਏ ਆ ਧਰਤੀ 'ਤੇ ਅਤੇ ਇੰਨੀ ਗੱਲ ਕਹਿੰਦਾ ਵੀ ਹੈ ਜੇ ਉਹ ਨਾਰੇ ਅਤੇ ਅੱਜ ਮੇਰੇ ਇੱਥੋਂ ਮਰ ਜਾਏਗਾ ਜੇ ਨਾਰਾਇਣ ਤਾਂ ਮੈਨੂੰ ਉਹਦੇ 'ਚ ਵੀ ਖੁਸ਼ੀ ਹੈ ਕਿ ਮੈਨੂੰ ਮਾਰਨ ਵਾਸਤੇ ਨਾਰਾਇਣ ਨੂੰ ਖੁਦ ਧਰਤੀ 'ਤੇ ਆਉਣਾ ਪਿਆ ਉਹ ਇਹ ਗੱਲ ਦੇ ਨਾਲ ਨਾਲ ਉਹਨੇ ਆਪਣੇ ਪਰਿਵਾਰ ਨੂੰ ਜਿਹੜਾ ਇਕੱਲੇ ਇਕੱਲੇ ਨੂੰ ਭੇਜ ਕੇ ਹੁਣ ਕੁੰਭਕਰਨ 'ਤੇ ਸੁੱਤਾ ਸੀ ਬਿਲਕੁਲ ਉਹਦਾ ਕਸੂਰ ਕੀ ਸੀ ਕਿਸੇ ਗੱਲ ਦਾ ਪਤਾ ਹੀ ਨਹੀਂ ਬਿਲਕੁਲ ਲੇਕਿਨ ਉਹਨੂੰ ਇਹ ਸੀ ਕਿ ਵੈਸੇ ਸੁੱਤਾ ਰਹਿੰਦਾ ਇਹਦੀ ਮੁਕਤੀ ਕਿੱਦਾਂ ਹੋਏਗੀ ਵਾਕਈ ਉਹਨੇ ਮੁਕਤੀ ਦਾ ਕਾਰਨ ਜਿਹੜਾ ਸੀ ਨਾ ਉਹ ਸੀਤਾ ਜਿਸ ਤਰ੍ਹਾਂ ਮੈਂ ਦੇਖ ਰਿਹਾ ਤੁਸੀਂ ਮਤਲਬ ਕਿ ਰਾਵਣ ਦਾ ਪੂਰੀ ਮਤਲਬ ਕਿ ਸਟੋਰੀ ਸਾਰਾ ਕੁਛ ਜਿਹਨੂੰ ਕਹਿੰਦੇ ਏ ਟੂ ਲੈ ਕੇ ਜੈਡ ਤੱਕ ਮੈਂ ਤਾਂ ਸੋਚਦਾ ਸੀ ਸਰ ਵਾਕਈ ਤੁਸੀਂ ਰੋਲ ਕਰਦੇ ਹੋਣੇ ਪਰ ਇਹਨਾਂ ਦੇ ਜੋ ਹੈਗਾ ਵਾ ਕਰੈਕਟਰ ਤੁਸੀਂ ਪਲੱਸ ਜਿਹੜਾ ਫੀਚਰ ਜਿਹੜਾ ਆਪਣੇ ਲਾਈਫ ਦੇ ਬਾਰੇ ਵੀ ਤੁਹਾਨੂੰ ਸਾਰਾ ਕੁਛ ਜਾਣਕਾਰੀ ਹੈ ਸਰ ਵਾਕਈ ਸਰ ਜਾਣਕਾਰੀ ਰੱਖਣੀ ਵੀ ਚਾਹੀਦੀ ਹੈ ਜੇ ਤੁਸੀਂ ਰੋਲ ਕਰਦੇ ਹੋ ਦੇਖੋ 1986 ਤੋਂ ਰੋਲ ਕਰਦੇ ਆ ਰਹੇ ਹਾਂ ਕਈ ਵਾਰ ਕਿਸੇ ਨੂੰ ਪੁੱਛ ਲੈਂਦੇ ਕੋਈ ਯਾਰ ਇਹਦੇ ਬਾਰੇ ਕੋਈ ਗੱਲਬਾਤ ਕਿੱਦਾਂ ਤੁਹਾਨੂੰ ਸਮਝ ਆ ਗਈ ਇੱਕ ਵਾਰ ਦੀ ਗੱਲ ਹੈ ਥੋੜ੍ਹੀ ਮਜ਼ਾਕ ਦੀ ਗੱਲ ਆ ਜੀ ਜੀ ਜਿਸ ਤਰ੍ਹਾਂ ਸੀਤਾ ਹਰਨ ਦਾ ਸੀਨ ਹੋਇਆ ਜੀ ਸੀਤਾ ਹਰਨ ਦਾ ਸੀਨ ਜਿਹੜਾ ਨਾ ਮੇਰਾ ਬਹੁਤ ਫੇਵਰੇਟ ਸੀਨ ਆ ਜੀ ਅਤੇ ਉਹ ਦੇਖਣ ਵਾਸਤੇ ਸਰੋਤੇ ਬਹੁਤ ਯਾਦ ਆਉਂਦੇ ਆ ਜੀ ਅਤੇ ਵਿੱਚ ਮੁੰਡੇ ਖੁੰਡਿਆਂ ਦਾ ਜਿਹੜਾ ਕੰਮ ਹੁੰਦਾ ਉਹ ਆਪਣੇ ਸਿਸਟਮ ਨਾਲ ਦੇਖਦੇ ਆ ਜੀ ਜਿਸ ਤਰ੍ਹਾਂ ਸੀਤਾ ਹਰਨ ਕਰਕੇ ਮੈਂ ਸਟੇਜ ਤੋਂ ਪਿੱਛੇ ਪੜਨ ਦੇ ਪਿੱਛੇ ਆਇਆ ਜੀ ਇੱਕ ਮੁੰਡਾ ਇੱਕ ਘਾਚੇ ਲਿਫਾਫਾ ਫੜਿਆ ਦਾ ਸਮਾਨ ਦਾ ਘਾਚੇ ਨਾਲ ਦਾਰੂ ਦੀ ਬੋਤਲ ਫੜੀ ਅਤੇ ਕਹਿੰਦਾ
रावण जी तुम मेरा दिल जित लिया नहीं नहीं रावण जी आज दसो तुम की होना दसना की ठीक है रोल कर लिया नहीं थोड़े वास्ते जाना मैं क्या देखो ना मैं आंडा मीट बीड़ी सिगरेट तंबाकू इन चीज़ों में बिल्कुल नहीं बहुत बढ़िया गल और मैं रोल करता कई बार लोग सामने देखते कहते कहते अच्छे रावण का पैग लगा लेकिन मैं थोड़े चैनल के माध्यम उन्होंने लोगों सारे दसना चाहना कि एक जरूरी नहीं सर काफ़ी सुनने से भी आया रावण जो अपना रोल करता है तो जरूर ड्रिंकिंग करता है जिम्मे कि ड्रिंक जरूर किया कोई जरूरी नहीं है जी कुछ साढ़े वर्ग भी है जिन्होंने जनून जी जी जिसे खून च नशा है ना जी उन्होंने बाहर ही नशे करने की लड़ नहीं पड़ी मैं तो थोड़े चैनल लाई जी नौजवान उन्होंने भी यही कहना कहवाँगा कि अपने खून च नशा पैदा करो बिल्कुल बाहरी नशे च कुछ नहीं रखा बाहरी नशे ने तुम्हें खा जाना थोड़ी जिंदगी बर्बाद कर देनी जी जी थोड़ा नाश हो जाना लेकिन जो खून का नशा ना वो अलग ही नशा है सर जितने तक मैं तुम्हें जानता वा उतने तक तुम सोशल लोगों का सेवा भी करते हो इस बारे थोड़ा दसो कि लोग आ भी मतलब कि रावण का रोल करते हो प्लस हूँ लोगों का सेवा भी करते डिफरेंट जहाँ काम लगता है कि कई बार होंगे कि नहीं यार कोई होर कोई लाइन चुनी है पर तुम लोगों का अपने जरिए सेवा करते हो सर इस बारे तुम की कहते हो ये शौक पै गया क्या मन च आया मैं दरअसल जो मैं 1986 रावण का रोल किया जी 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 तो उन्होंने दिनों में मैं छोटा जहा जी अतवाद के माहौल करके जो सू आते ना रामला देखने वास्ते तुम दसिया मैं पहला भी कि CRP वाले पुलिस वाले मिलिट्री वाले बहुत ज़्यादा आते हैं ईवन इस तक इनाम भी देंदे रहे पैसे किसी ने 2 रुपये किसी ने 1 रुपया किसी ने 5 रुपये बहुत बड़े सर इन्हों का 5 रुपये देते हैं उन्होंने दिनों में जो मैं प्रधान बनया रामला कमेटी का प्रधान प्रधान से SSP DSP उन्होंने जो आके मिलना मैं कभी रावण का रोल करता मेकअप किया बहर आए कहीं SSP साहब आए प्रधान मैं आख्या यार मैं कहते नहीं उन्होंने क्यों आने पैना मैं पड़िया के कपड़िया के बच्चे उतने चलते तो SSP साहब ने जो गल कही ना रावण चरणा आप मत्था टेकन आए हैं रावण जी तुम सा आप चल के आ गए मेरे मन में बड़ा वजिया जो लगता उस तो बाद प्रधान जी का छज जो है ये वक्रा ही लग्या थोड़ा सोशल कामों के मन च आ गया चलो किसी का कोई भला होगा तो ठीक है एक्चुअली जो जन्म के कारोबार करते कारोबार के बाद टाइम मिल जाता बिल्कुल पब्लिक के बच्चे मतलब चेहरा मूह आगे आए ना बिल्कुल गलबात सुन ले किसी की पब्लिक भी और कुछ चल जाती है कहीं कोई काम कर उस तरह में थोड़ा शौक पै जाएगा इस तरह ही सर आम लोगों की अपने कुछ जल्दी कुछ देना चाहोगे संदेश इस तरह अजकल पीढ़ी है कि उन्होंने किस तरह का मतलब कि अपने परिवार ना या अपने माँ प्यो ना वर्ताव करना चाहिए सर इस बारे तुम कुछ अपना अपने जरिए कुछ लोगों को दसो मैं तो सब तो जरूर कितने गल ही कहूँगा आने वाली पीढ़ी में रोटी हक की खाइए जी चाहिए सब तो जरूरी है इसलिए है कि जो सेहत है तो सब कुछ अपनी सेहत में बचा सकते जो सेहत नहीं तो कुछ नहीं कर सकते आने वाला समा जरा काफ़ी नाजुक आ रहा जी लेकिन मेरी ये बेनती है जी जी नौजवानों अगर कि अपने आप में बचाओ मेहनत के बच्चे बरकत है मान साहब जी कहते होंगे कि जितने मेहनत ने रहमत व्यक्ति होंगे वेले बह के निकमे पूरिया नहीं पाए हाथ पैर ना चलाए रहो कित भी मिलाए तकदीर की कवे तेन मंगना आना हो तो फकीर कवे मत्था टेकना है तो गुरु पीर की करे ये तो मतलब कि मन के नहीं श्रद्धा कल मंदिर में जाने कुछ नहीं होना क्योंकि मेरे के अलावा जिन्हें साडा स्टाफ है शिव राम कला मंच का जी जी ये सारे अपने अपने किट्ठे जुड़े हैं जी और पार्ट टाइम असी मतलब कि शौक रखे वा और शौक जनून है बिल्कुल जनून है ये नहीं कि पार्ट टाइम शौक बस आए तो चले गए जो सा डायरेक्टर साहब सब जो आदेश देंगे उन्हें उन्होंने गल भी सुनने लेकिन डॉक्टर साहब ये भी कहते हैं कहते यार पहला काम चलिए बिल्कुल बिल्कुल क्योंकि जो रोटी कमावे तो सब कुछ चलेगा बिल्कुल मैं नौजवानों अगर बेनती कराँगा कि कम से कम अपने जो भी जरूर हो जाए यार बिल्कुल माँ प्यो तो क्यों निर्भर हो सही बिल्कुल माँ प्यो बाद कहते हैं माँ प्यो ने सू कुछ नहीं किया माँ प्यो की करते हैं बिल्कुल बिल्कुल मैं तो यह भी कहाँगा जोड़े नौजवानों माँ प्यो जिन्हें सैटल माँ प्यो है उन्होंने
कहते कुछ नहीं तो उन्होंने जो मंगते दे देंगे। मैं कहना सब तो ज़्यादा समाज का बेड़ा गर्क जो ना उस लोग कर रहे ने है पढ़े लिखे ने लेकिन पढ़िया लिखे वाली वो गल नहीं कर रहे। दोनों दोनों जी नौकरियां करते सर्विसमैन है बच्चे टाइम देना नहीं। मैं भी कहूँगा थोड़े चैनल लाई कि बच्चे अपने टाइम जरूर दियो। बिल्कुल बच्चों टाइम देना नहीं बच्चों ने जो मंगे उन्होंने लैके देता जाओ बेटा दे दो वो बच्चों को पुछते नहीं तू कितों आया कितने चलना। बिल्कुल टाइम बीत जाता जो टाइम बीत जाता जो गम हथों निकल जाता उदू तड़पते हैं जी जी। बेनती है मेरी उन्होंने मतलब कि पेरेंट्स अगर भी बेनती है कि अपने बच्चों को सेहत दियो टाइम दियो कल पैसे ना कुछ नहीं पैसे ना बच्चे बिगड़ते हैं जी। अज तक मैं कोई पैसे ना बच्चा सोचता तो देखा नहीं जी जी। पैसे ना बच्चे बिगड़ते हैं जिनी लोड़ है उन्नी लोड़ पे हम फिर गल उठी है भगवान राम की। बिल्कुल उन्होंने कोई कमी से सर राम जयकारा वीर बजरंगे बोल सियापति रामचंद्र महाराज की जय। आज शिव राम कला मंच राम कला बाबा जी सारे कलाकार चार बोला पार्क इकट्ठे हुए आने वाले 17 अक्टूबर तो लैके 24 अक्टूबर तक जो दशहरा ग्राउंड मॉडल हाउस में रामलीला का